ਇਸ ਦੇ ਲਈ ਤੁਹਾਨੂੰ ਇੱਕ ਪਲਾਸਟਿਕ ਦਾ ਢੱਕਣ, ਸਾਈਕਲ ਸਪੋਕ, ਕਿੱਲਾਂ ਅਤੇ 2 ਕਰੇਜ਼ੀ ਬਾਲ ਚਾਹੀਦੇ ਨੇ। ਢੱਕਣ ਦਾ ਵਿਆਸ 7 ਸੈਂਟੀਮੀਟਰ ਹੋਣਾ ਚਾਹੀਦਾ ਹੈ। ਇਸ ਵਿੱਚ 3 ਕਿੱਲਾਂ ਫਿੱਟ ਕਰੋ। 12 ਕਰੇਜ਼ੀ ਬਾਲਾਂ ਨੂੰ ਸਾਈਕਲ ਸਪੋਕ ਵਿੱਚ ਫਿੱਟ ਕਰੋ। ਉਹਨਾਂ ਦੇ ਵਿਚਕਾਰ ਇੱਕ ਤਿੱਖਾ ਸਪੋਕ ਬਣੇਗਾ। ਉਸ ਤਿੱਖੇ ਸਪੋਕ ਨੂੰ ਪਲਾਸਟਿਕ ਦੀ ਪਾਣੀ ਨਾਲ ਭਰੀ ਬੋਤਲ 'ਤੇ ਰੱਖੋ। ਉਸ ਖਿਡੌਣੇ ਨੂੰ ਹਲਕਾ ਜਿਹਾ ਧੱਕਾ ਮਾਰੋ ਅਤੇ ਉਹ ਆਪਣਾ ਸੰਤੁਲਨ ਆਪ ਬਣਾਵੇਗਾ। ਉਹ ਅੱਗੇ ਪਿੱਛੇ ਹਿੱਲੇਗਾ ਪਰ ਡਿੱਗੇਗਾ ਨਹੀਂ।